हेलो डियर स्टूडेंट्स वेलकम बैक टू माय YouTube चैनल सो so, इस वीडियो ਦੇ ਵਿੱਚ ਬੱਚੇ ਸੀ 7th ਯੂਨਿਟ ਸਟਾਰਟ ਕਰਨ ਜਾ ਰਹੀਆਂ ਡਿਊ ਨੇਚਰ ਆਫ ਮੈਟਰ ਐਂਡ ਰੇਡੀਏਸ਼ਨ ਸੋ ਇਸ ਵੀਡੀਓ ਦੇ ਵਿੱਚ ਬੱਚੇ ਸੀ 1 ਮਾਰਕਸ ਦੇ ਕੁਐਸਚਨ ਡਿਸਕਸ ਕਰਾਂਗੇ 1 ਮਾਰਕਸ ਦਾ ਸਿਰਫ ਬੱਚੇ ਇੱਕ ਹੀ ਕੁਐਸਚਨ ਆਏਗਾ ਇਹਦੇ ਵਿੱਚੋਂ ਔਰ 2 ਮਾਰਕਸ ਦਾ ਬੱਚੇ ਇਹਦੇ ਵਿੱਚੋਂ ਦੋ ਕੁਐਸਚਨਸ ਆਣਗੇ ਧਿਆਨ ਨਾਲ ਦੇਖ ਲੋ 1 ਥਿਉਰੀ ਕਮਾ 1 ਥਿਉਰੀ 1 ਥਿਉਰੀ ਦੇ ਨਾਲ ਲਿਖਿਆ ਹੋਇਆ 1 ਨਿਊਮੈਰਿਕਲ ਸੋ ਬੱਚੇ ਅਗਰ ਤੁਸੀਂ ਨਿਊਮੈਰਿਕਲ ਸਕਿਪ ਕਰਕੇ ਜਾਣੇ ਆ ਤਾਂ ਬੀ ਸ਼ੋਰ ਕਿ ਤੁਸੀਂ ਥਿਉਰੀ ਬਹੁਤ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਕੇ ਜਾ ਰਹੇ ਆ ਕਿਉਂਕਿ ਨਮੈਰੀਕਲ ਤੁਸੀਂ ਆਪਣੇ ਲਈ ਆਪਸ਼ਨ ਖੁਦ ਹੀ ਛੱਡ ਕੇ ਜਾ ਰਹੇ ਆ ਕਿ ਅਸੀਂ ਨਮੈਰੀਕਲ ਨਹੀਂ ਕਰਨਾ ਤਾਂ ਫਿਰ ਤੁਸੀਂ ਤੁਹਾਨੂੰ ਥਿਉਰੀ ਬੱਚੇ ਹਰ ਇੱਕ ਚੀਜ਼ ਬਹੁਤ ਡੀਪਲੀ ਆਂਦੀ ਹੋਣੀ ਚਾਹੀਦੀ ਆ ਤਾਂ ਕਿ ਤੁਹਾਡਾ ਥਿਉਰੀ ਦਾ ਕੁਐਸਚਨ ਸਕਿਪ ਨਾ ਹੋਵੇ ਠੀਕ ਹੈ ਜੀ ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ 1 ਮਾਰਕਸ ਦੇ ਕੁਐਸਚਨ ਡਿਸਕਸ ਕਰਾਂਗੇ 1 ਮਾਰਕਸ ਦੇ ਨਾਲ ਕਾਫੀ ਹੱਦ ਤੱਕ ਬੱਚੇ 2 ਮਾਰਕਸ ਦੇ ਕੁਐਸਚਨ ਵੀ ਡਿਸਕਸ ਹੋ ਜਾਣਗੇ ਬਟ 2 ਮਾਰਕਸ ਦੇ ਲਈ ਬੱਚੇ ਅਲੱਗ ਤੋਂ ਵੀਡੀਓ ਆਏਗੀ ਸੋ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਔਰ ਸਿਰਫ 1 ਮਾਰਕਸ ਦੇ ਕੁਐਸਚਨ ਡਿਸਕਸ ਕਰਾਂਗੇ ਸੋ लेट्स स्टार्ट ਸੋ ਬੱਚੇ ਸਟਾਰਟ ਕਰਦੇ ਹਾਂ 1 ਮਾਰਕਸ ਦੇ ਕੁਐਸਚਨ ਮੈਂਸ਼ਨ ਵਨ ਫਿਜ਼ੀਕਲ ਪ੍ਰੋਸੈਸ ਫਾਰ ਦਾ ਰੀਲੀਜ਼ ਆਫ ਇਲੈਕਟ੍ਰੋਨ ਫਰੋਮ ਦਾ ਸਰਫੇਸ ਆਫ ਮੈਟਲ ਅਗਰ ਸਰਫੇਸ ਆਫ ਮੈਟਲ ਦੇ ਵਿੱਚੋਂ ਕੋਈ ਇਲੈਕਟ੍ਰੋਨ ਇਜੈਕਟ ਕਰਦਾ ਹੈ ਤਾਂ ਉਸ ਪ੍ਰੋਸੈਸ ਨੂੰ ਕੀ ਬੋਲਦੇ ਹਾਂ ਫੋਟੋ ਇਲੈਕਟ੍ਰਿਕ ਐਮਿਸ਼ਨ define photoelectric effect is the most 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 important question ki photoelectric effect hai kia the phenomenon of emission of electron from the surface ਮੈਟਲ ਸਰਫੇਸ ਵੈਨ ਅ ਲਾਈਟ ਆਫ ਸੂਟੇਬਲ ਫ੍ਰੀਕਵੈਂਸੀ ਫਾਲਸ ਔਨ ਇਟ ਜਦੋਂ ਅਸੀਂ ਪਾਰਟਿਕੂਲਰ ਬੱਚੇ ਫ੍ਰੀਕਵੈਂਸੀ ਜਿਹੜੀ ਹੈ ਤੇ ਫਾਲ ਕਰਵਾਉਣੇ ਆ ਤਾਂ ਇੱਕ ਮੈਟਲ ਸਰਫੇਸ ਦੇ ਅੰਦਰ ਇੱਕ ਇਲੈਕਟ੍ਰੋਨ ਜਿਹੜਾ ਆ ਉਹ ਐਮਿਟ ਕਰ ਜਾਂਦਾ ਸੋ ਇਸ ਅਮਿਸ਼ਨ ਨੂੰ ਇਸ ਫੀਨੋਮੀਨਾ ਨੂੰ ਫੋਟੋਇਲੈਕਟ੍ਰਿਕ ਇਫੈਕਟ ਬੋਲਦੇ ਆ ਨੈਕਸਟ ਇਜ਼ ਡਿਫਾਈਨ ਵਰਕ ਫੰਕਸ਼ਨ ਐਂਡ ਗਿਵ ਇਟਸ ਯੂਨਿਟਸ ਵਿਚ ਇਜ਼ ਆਲਸੋ ਮੋਸਟ 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 ਇੰਪੋਰਟੈਂਟ ਕੁਐਸਚਨ ਨੈਕਸਟ ਇਜ਼ ਕੱਟ ਆਫ ਐਂਡ ਥ੍ਰੈਸ਼ਹੋਲਡ ਫ੍ਰੀਕੁਐਂਸੀ ਸੋ ਬੱਚੇ ਕਾਫੀ ਵਾਰ ਆ ਜਾਂਦਾ ਵਟ ਇਜ਼ ਕੱਟ ਆਫ ਫ੍ਰੀਕੁਐਂਸੀ ਸੋ ਬੱਚੇ ਕੱਟ ਆਫ ਫ੍ਰੀਕੁਐਂਸੀ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਕੱਟ ਆਫ ਫ੍ਰੀਕੁਐਂਸੀ অর ਥ੍ਰੈਸ਼ਹੋਲਡ ਫ੍ਰੀਕੁਐਂਸੀ ਇਜ਼ ਅ ਸੇਮ ਸੋ ਹੁੰਦੀ ਕੀ ਆ ਮਿਨਿਮਮ ਫ੍ਰੀਕੁਐਂਸੀ ਆ ਜਿੱਥੇ ਜਾ ਕੇ ਤੁਹਾਡਾ ਕੋਈ ਫੋਟੋਨ ਆ ਉਹ ਕੀ ਕਰ ਜਾਂਦਾ ਇਮਿਟ ਕਰ ਜਾਂਦਾ ਕਿਸੇ ਮੈਟਲ ਸਰਫੇਸ ਦੇ ਵਿੱਚੋਂ ਸੋ ਉਹ ਫੋਟੋ ਇਲੈਕਟ੍ਰਿਕ ਇਮਿਸ਼ਨ ਜਿਹੜੀ ਆ ਦਾ ਕਾਰਨ ਬਣਦਾ ਹੈ ਸੋ ਮਿਨੀਮਮ ਫ੍ਰੀਕੁਐਂਸੀ ਆਫ ਫੋਟੋਨ ਟੂ ਕਾਜ਼ ਫੋਟੋ ਇਲੈਕਟ੍ਰਿਕ ਐਮਿਸ਼ਨ ਫ্রম ਅ ਮੈਟਲ ਨੈਕਸਟ ਇਜ਼ ਵਾਟ ਇਜ਼ ਫੋਟੋਨ ਫੋਟੋਨ ਕੀ ਐਂਡ ਥਿਸ ਇਜ਼ ਆਲਸੋ ਇੰਪੋਰਟੈਂਟ ਮੋਮੈਂਟਮ ਵੈਲੋਸਟੀ ਰੈਸਟ ਮਾਸ ਆਫ ਅ ਫੋਟੋਨ ਬੱਚੇ ਵਾਟ ਇਜ਼ ਅ ਰੈਸਟ ਮਾਸ ਆਫ ਫੋਟੋਨ ਇਜ਼ ਅ ਮੋਸਟ 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 ਇੰਪੋਰਟੈਂਟ ਫਾਰ 1 ਮਾਰਕਸ ਅਗਰ ਆਜ ਵੀ ਪ੍ਰੂਫ ਦ ਰੈਸਟ ਮਾਸ ਆਫ ਅ ਫੋਟੋਨ ਇਜ਼ ਜ਼ੀਰੋ जीरो किदा हों बच्चे टू मार्क्स के लिए मोस्ट इंपोर्टेंट है वट इज़ द कनैटिंग मास ऑफ फोटोन सो बच्चे सारे मोस्ट इंपॉर्टेंट क्वेश्चन है हाउ मैनी इलैक्ट्रॉनस वोल्ट मेक वन जूल वन जूल कि बन है बच्चे यी मोस्ट इंपॉर्टेंट क्वेश्चन है नैक्सट बच्चे स्टॉपिंग पोटेंशियल इज द मोस्ट इंपॉर्टेंट क्वेश्चन वट इज स्टॉपिंग पोटेंशियल सो स्टॉपिंग पोटेंशियल है कि आ द वैल्यू ऑफ मिनीम ਨੇਗੇਟਿਵ ਪੋਟੈਂਸ਼ੀਅਲ ਗਿਵਸ ਟੂ ਦਾ ਪਲੇਟ ਆਫ ਅ ਫੋਟੋਸੈਲ ਐਟ ਵਿਚ ਫੋਟੋ ਕਰੰਟ ਬਿਕਮਸ ਜ਼ੀਰੋ ਜਿੱਥੇ ਜਾ ਕੇ ਬੱਚੇ ਫੋਟੋ ਕਰੰਟ ਕੋਈ ਕਰੰਟ ਪ੍ਰੋਡਿਊਸ ਹੁਣ ਆ ਬੰਦ ਹੋ ਜਾਂਦਾ ਹੈ ਆ ਜ਼ੀਰੋ ਹੋ ਜਾਂਦਾ ਹੈ ਉੱਥੇ ਜਾ ਕੇ ਅਸੀਂ ਬੋਲ ਦਿੰਦੇ ਆ ਮਿਨਿਮਮ 네ਗੇਟਿਵ ਪੋਟੈਂਸ਼ੀਅਲ ਸੋ ਉਸ ਪੋਟੈਂਸ਼ੀਅਲ ਨੂੰ ਅਸੀਂ ਜ਼ੀਰੋ ਪੋਟੈਂਸ਼ੀਅਲ ਕਹਿ ਦਿੰਦੇ ਆ ਡਨ ਸੋ ਬੱਚੇ ਨੈਕਸਟ ਹਲਕੇ ਫੁਲਕੇ ਨੰਮਰੀਕਲਸ ਐ ਜੋ 1 ਜਾਂ 2 ਮਾਰਕਸ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਆ ਨੈਕਸਟ ਆ ਜਾਓ ਸੋ ਬੱਚੇ ਨੈਕਸਟ ਵੀ ਹਲਕੇ ਫੁਲਕੇ ਨੰਮਰਿਕਲਸ ਗਿਵਨ ਹੈ ਤੁਸੀਂ ਕੋਈ ਵੀ ਨੰਮਰਿਕਲ ਬੱਚੇ ਕੋਈ ਕਿਸੇ ਵੀ ਚੀਜ਼ ਦੀ ਛੱਡ ਕੇ ਅਸੀਂ ਸਕਿਪ ਕਰਕੇ ਨਹੀਂ ਜਾਣਾ ਫਾਰ ਇਗਜ਼ਾਮਪਲ ਬੱਚੇ ਕੁਐਸਚਨ ਨੰਬਰ 20 21 19 ਇਹ ਸਾਰੇ ਬੱਚੇ 2 ਮਾਰਕਸ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ ਨੰਮਰਿਕਲ ਦੀ ਫਾਰਮ ਦੇ ਵਿੱਚ ਠੀਕ ਹੈ ਸੋ ਇਹ ਕੋਈ ਵੀ ਕੁਐਸਚਨ ਬੱਚੇ ਤੁਸੀਂ ਸਕਿਪ ਕਰਕੇ ਨਹੀਂ ਜਾਣਾ ਹੁਣ ਆ ਜਾਓ 26 ਕੁਐਸਚਨ ਤੇ 25 26 ਸੋ ਬੱਚੇ CBSE ਪੈਟਰਨ ਦੇ ਕੁਐਸਚਨ ਹੈ ਸੋ ਇੱਕ ਵਾਰੀ ਜਸਟ ਰੀਡ ਆਊਟ ਕਰ ਲੈਣੀ ਆਦਰਵਾਈਜ਼ ਤੁਸੀਂ ਇਹਨੂੰ ਸਕਿਪ ਕਰ ਸਕਦੇ ਆ ਸਾਰਾ ਪੇਪਰ ਬਹੁਤ ਜ਼ਿਆਦਾ ਸਿੰਪਲ ਔਰ ਈਜ਼ੀ ਆਏਗਾ ਬੱਚੇ ਹੋ ਹੀ ਨਹੀਂ ਸਕਦਾ ਘੱਟੋ ਘੱਟ 5 ਤੋਂ 10% 15% بچے ਪੇਪਰ ਜਿਹੜਾ ਆ ਥੋੜਾ ਜਿਹਾ ਡਿਫਿਕਲਟ ਲੈਵਲ ਦਾ ਹੁੰਦਾ ਹੀ ਹੁੰਦਾ ਆ ਸੋ ਬੱਚੇ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਪ੍ਰਪੇਅਰ ਕਰਨਾ ਹੈ ਕਿ ਤੁਹਾਡਾ ਜਿਹੜਾ ਆ ਪੇਪਰ ਬਹੁਤ ਅੱਛਾ ਜਾਵੇ ਸੋ ਅਸੀਂ ਸਿਰਫ 1 ਮਾਰਕਸ ਦੇ ਕੁਐਸਚਨ ਪ੍ਰਪੇਅਰ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਮਤਲਬ ਕਿ ਤੁਹਾਨੂੰ 1 ਮਾਰਕਸ ਦਾ ਕੋਈ ਵੀ ਕੁਐਸਚਨ ਬੱਚੇ ਤੁਸੀਂ ਸਕਿਪ ਨਹੀਂ ਕਰਨਾ ਨੈਕਸਟ ਥਰਮ define threshold wavelength for photoelectric effect this is also important question so bache jo bhi punjab board de accordingly important question hoyega oh main thanu naal de naal mention kar rahi ha otherwise book de vich bache punjab board haryana board himachal board rajstan board cbse board sare board de questions thanu is book de vich mil jaan ge tosi jadon bache apni book to padhna start karna like on what factors does does the energy carries by a uh, क्वांटम ऑफ लाइट डिपेंड्स क्वांटम ऑफ लाइट बच्चे चीज से डिपेंड करता एनर्जी के एच म्यू म्यू के दे एक होंगे ओवर लैमडा एद मतलब जो एनर्जी आहड़ी चीज से डिपेंड कर रही है एच सी लैमडडा वेवलैथ से सो एनर्जी कैरिड बाय अ क्वांटम ऑफ लाइट डिपेंड ऑन द फ्रिकुएंसी और वेवलैथ फ्रिकुएंसी मतलब म्यू पर डिपेंड करता वेवलैथ मतलब लैमडा से डिपेंड करता यह बोर्ड के अकॉर्डिंग इंपॉर्टेंट क्वेश्चन है ठीक है जी सो so, नैक्सट आ जाओ ਸੋ ਕੋਈ ਵੀ ਕੁਐਸਚਨ ਬੱਚੇ 1 ਮਾਰਕਸ ਦੇ ਲਈ ਅਸੀਂ ਨਹੀਂ ਛੱਡ ਕੇ ਜਾਣਾ ਕੁਐਸਚਨ ਕਿਤੋਂ ਵੀ ਆ ਸਕਦਾ ਆ ਕਿਸੇ ਵੀ ਲੈਵਲ ਦਾ ਆ ਸਕਦਾ ਸੋ ਬੱਚੇ ਇਦਾਂ ਦੇ ਕੁਐਸਚਨ ਜੋ ਵੇਵ ਲੈਂਥ ਵਾਲੇ ਕੁਐਸਚਨ ਆ ਕਿਹੜੀ ਜ਼ਿਆਦਾ ਮੋਰ ਇੰਪੋਰਟੈਂਟ ਹੈ ਜਾਂ ਕਿਹਦੀ ਲਾਈਟ ਜ਼ਿਆਦਾ ਹੁੰਦੀ ਕਿਹਦੀ ਵੇਵ ਲੈਂਥ ਜ਼ਿਆਦਾ ਹੁੰਦੀ ਕਿਹਦੀ ਫ੍ਰੀਕੁਐਂਸੀ ਜ਼ਿਆਦਾ ਹੈ ਬੱਚੇ ਪੰਜਾਬ ਬੋਰਡ ਚ ਇਸ ਤਰ੍ਹਾਂ ਦੇ ਕੁਐਸਚਨ ਕਾਫੀ ਪੁੱਛੇ ਜਾਂਦੇ ਆ ਯੂ ਆਰ ਅ 기ਵਨ ਰੈੱਡ ਐਂਡ ਅ ਯੈਲੋ ਫੋਟੋਨ ਆਫ ਲਾਈਟ ਤੁਹਾਡੇ ਕੋਲ ਰੈੱਡ ਲਾਈਟ ਔਰ ਯੈਲੋ ਲਾਈਟ ਆ ਵਿਚ ਵਿਲ कैरी मोर एनर्जी एनर्जी ज्यादा होगी बच्चे so, e रेड लाइट की मतलब लैमडा रैडा है कट होगी सो एनर्जी ऑफ फोटोन इज ग्रेटर दैन द एनर्जी ऑफ रैड फोटोन एदा के क्वेश्चन बचे इंपॉर्टेंट है नैक्सट फोर्टी फिफ्थ क्वेश्चन इज ऑल्सो इम्पोर्टेंट क्वेश्चन नैक्सट से आ जाओ सो बचे ਇਸ ਤਰੀਕੇ ਦੇ ਕੁਐਸਚਨ ਜਿਹੜੇ ਆ ਸਾਰੇ ਪੰਜਾਬ ਬੋਰਡ ਦੇ 47 48 49 ਬੱਚੇ ਪੰਜਾਬ ਬੋਰਡ ਦੇ ਅਕੋਰਡਿੰਗਲੀ ਇਹ ਇੰਪੋਰਟੈਂਟ ਹੈ ਸੋ ਜਿਹਦੇ ਵਿੱਚ ਗ੍ਰਾਫ ਪੁੱਛੇ ਜਾਂਦੇ ਆ ਰੀਸੈਂਟ ਟਾਈਮ ਦੇ ਵਿੱਚ ਬੱਚੇ ਇਦਾਂ ਦੇ ਕੁਐਸਚਨ ਸਾਨੂੰ ਪੇਪਰ ਦੇ ਵਿੱਚ ਸੈਂਪਲ ਪੇਪਰ ਦੇ ਵਿੱਚ ਦੇਖਣ ਲਈ ਮਿਲੇ ਆ ਜਿਹਦੇ ਵਿੱਚ ਗ੍ਰਾਫ ਪੁੱਛੇ ਜਾਂਦੇ ਆ ਸੋ ਤੁਸੀਂ ਕੋਈ ਵੀ ਗ੍ਰਾਫ ਜਿਹੜਾ ਸਕਿਪ ਕਰਕੇ ਨਹੀਂ ਜਾਣਾ ਸੋ ਬੱਚੇ 50 ਕੁਐਸਚਨਸ ਆ ਡਿਊਲ ਨੇਚਰ ਆਫ ਰੇਡੀਏਸ਼ਨ ਜਿਹੜਾ ਕਿ ਫਰਸਟ ਚੈਪਟਰ ਹੈ ਸੋ ਉਹਦੇ ਕੁਐਸਚਨ ਆ ਹੱਲੇ ਸਾਡੇ ਡੀ ਬ੍ਰੌਗਲੀ ਦੇ ਕੁਐਸਚਨਸ ਰਹਿੰਦੇ ਆ ਸੋ ਇੱਥੇ ਤੱਕ ਬੱਚੇ ਕੁਐਸਚਨ ਤੁਸੀਂ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰਕੇ ਜਾਣਿਆ ਸੋ ਕਿਸੇ ਵੀ ਕੁਐਸਚਨ 'ਚ ਕੋਈ ਡਾਊਟ ਹੋਊਗਾ ਤੁਸੀਂ ਉਹ ਵੀ ਪੁੱਛ ਸਕਦੇ ਆ ਬੱਚੇ ਨੈਕਸਟ ਸਾਡਾ ਚੈਪਟਰ ਹੈ ਵਿਚ ਇਜ਼ ਮੈਟਰ ਵੇਵ অর ਡੀ ਬ੍ਰੌਗਲੀ ਵੇਵ ਸੋ ਇਹਦੇ ਵਿੱਚ ਬੱਚੇ ਕੁਐਸਚਨ ਜਿਹੜੇ ਆ ਬਹੁਤ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰਨੀ ਆ ਮੋਸਟਲੀ ਬੱਚੇ ਇਹਦੇ ਵਿੱਚੋਂ ਨਿਊਮੈਰਿਕਲ ਆਉਣ ਦੇ ਚਾਂਸੇ ਜ਼ਿਆਦਾ ਆ ਡੀ ਬ੍ਰੌਗਲੀ ਦੇ ਵਿੱਚੋਂ ਬੱਚੇ ਨਿਊਮੈਰਿਕਲ ਆਉਣ ਦੇ ਚਾਂਸੇ ਜ਼ਿਆਦਾ ਆ ਸੋ ਇੱਕ ਬੱਚੇ 2 2 ਮਾਰਕਸ ਦੇ ਕੁਐਸਚਨ ਦੇ ਵਿੱਚ ਜਾਂ 1 ਮਾਰਕਸ ਦੇ ਕੁਐਸਚਨ ਦੇ ਵਿੱਚ 1 ਮਾਰਕਸ ਦੇ ਕੁਐਸਚਨ ਦੇ ਵਿੱਚ ਬੱਚੇ ਕੋਈ ਵੀ ਨੰਮਰਿਕਲ ਨਹੀਂ ਆਏਗਾ ਸੋ ਥਿਉਰੀ ਕੁਐਸਚਨ ਅਸੀਂ ਬਹੁਤ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਨਾ ਹੈ ਇਜ਼ ਮੈਟਰ ਵੇਵ ਇਜ਼ ਇਲੈਕਟ੍ਰੋਮੈਗਨੇਟਿਕ ਵੇਵ ਕੀ ਮੈਟਰ ਵੇਵ ਜਿਹੜੀ ਹੈ ਇਲੈਕਟ੍ਰੋਮੈਗਨੇਟਿਕ ਵੇਵ ਹੁੰਦੀ ਹੈ ਬਿਲਕੁਲ ਨਹੀਂ ਹੁੰਦੀ ਨੋ ਮੈਟਰ ਵੇਵ ਇਜ਼ ਅਸੋਸੀਏਟਡ ਵਿਦ ਅ ਮੂਵਿੰਗ ਪਾਰਟੀਕਲ ਆਫ ਦਾ ਚਾਰਜ ਹਾਊਏਵਰ ਇਲੈਕਟ੍ਰੋਮੈਗਨੇਟਿਕ ਵੇਵ ਇਜ਼ ਪ੍ਰੋਡਿਊਸਡ ਬਾਈ ਐਕਸਲਰੇਟਿੰਗ ਚਾਰਜ ਪਾਰਟੀਕਲ ਕਲੀਅਰ ਹੋ ਗਿਆ ਜੀ ਨੈਕਸਟ ਬੱਚੇ ਐਕਸਪ੍ਰੈਸ਼ਨ ਹੈ ਅ ਨੈਕਸਟ ਬੱਚੇ ਵੇਵ ਨੇਚਰ ਜਿਹੜ ਕਿ ਕਿਹਨਾਂ ਨੇ ਦਿੱਤਾ ਸੀ ਕਿ ਇਸ ਐਕਸਪੈਰੀਮੈਂਟ ਦੇ थ्रू ਸੀ ਸੋ ਬੱਚੇ ਜੋ ਨਿਊਮੈਰੀਕਲਸ ਆ ਇਸ ਤਰੀਕੇ ਦੇ ਨਿਊਮੈਰੀਕਲਸ ਆ ਇਹ 2 ਮਾਰਕਸ ਦੇ ਵਿੱਚ ਆ ਸਕਦਾ 1 ਮਾਰਕਸ ਦੇ ਵਿੱਚ ਬੱਚੇ ਨਿਊਮੈਰੀਕਲ ਆਉਣ ਦੇ ਚਾਂਸਸ ਕਾਫੀ ਘੱਟ ਹੁੰਦੇ ਆ ਨੈਕਸਟ ਆਜੋ ਡਿਟਰਮਨ ਦਾ ਡੀ ਬ੍ਰੌਗਲੀ ਵੇਵ ਲੈਂਥ ਅਸੋਸੀਏਟਿਡ ਵਿਦ ਅ ਬਾਲ ਆਫ ਮਾਸ 150 ਗ੍ਰਾਮ ਟਰੈਵਲਡ ਐਟ 30 ਮੀਟਰ ਪਰ ਸੈਕਿੰਡ ਸੋ ਬੱਚੇ ਦੇਖੋ ਵੈਸੇ ਤਾਂ ਇਹ ਨਿਊਮੈਰਿਕਲ ਹੀ ਆ ਬਟ 1 ਮਾਰਕਸ ਦੇ ਲਈ ਤੁਸੀਂ ਕੋਈ ਵੀ ਕੁਐਸਚਨ ਸਕਿਪ ਕਰਕੇ ਨਹੀਂ ਜਾਣਾ ਅਸੀਂ ਸਾਰਾ ਕੁਝ ਪ੍ਰਪੇਅਰ ਕਰਕੇ ਜਾਣਾ ਤਾਂ ਕਿ ਸਾਡੇ 100% ਮਾਰਕਸ ਆਣ ਅਗਰ ਤੁਹਾਡੀ ਫਿਜ਼ਿਕਸ ਬਹੁਤ ਜ਼ਿਆਦਾ ਕਮਜ਼ੋਰ ਹੈ ਤੁਸੀਂ ਕਾ ਫਿਜ਼ਿਕਸ ਤੋਂ ਕਾਫੀ ਜ਼ਿਆਦਾ ਡਰ ਰਹੇ ਆ ਤਾਂ ਬੱਚੇ ਤੁਸੀਂ ਨਿਊਮੈਰਿਕਲ ਸਕਿਪ ਕਰ ਸਕਦੇ ਆ ਅਡਵਾਈਸ ਜਿਹੜੇ ਬੱਚੇ 100% ਬੱਚੇ ਮੰਨ ਕੇ ਚੱਲ ਰਹੇ ਆ ਤਾਂ 50 ਕੁਐਸਚਨ ਫਰਸਟ ਚੈਪਟਰ ਦੇ ਆ 19 ਕੁਐਸਚਨ ਇਸ ਚੈਪਟਰ ਦੇ ਆ ਜ਼ਿਆਦਾ ਕੁਐਸਚਨਸ ਨਹੀਂ ਆ ਬਹੁਤ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰ ਲਓ 100% ਬੱਚੇ ਤੁਹਾਡੇ ਸਾਰੇ ਕੁਐਸਚਨਸ ਅੱਛੇ ਤਰੀਕੇ ਨਾਲ ਕਵਰ ਹੋ ਜਾਣਗੇ ਸੋ ਇਹ ਬੱਚੇ ਇਸ ਤਰੀਕੇ ਦੇ ਕੁਐਸਚਨ ਆ ਜਿਹੜਾ 11ਵ ਕੁਐਸਚਨ ਹੈ ਦਿਸ ਇਜ਼ ਇੰਪੋਰਟੈਂਟ ਕੁਐਸਚਨ ਇਲੈਕਟ੍ਰੋਨ ਐਂਡ ਪ੍ਰੋਟੋਨ ਆਰ ਮੂਵਿੰਗ ਵਿਦ ਅ ਸੇਮ ਸਪੀਡ ਸੇਮ ਸਪੀਡ ਦੇ ਨਾਲ ਜਾ ਰਿਹਾ ਤਾਂ ਵੇਵ ਲੈਂਥ ਕਿਹਦੀ ਜ਼ਿਆਦਾ ਹੋਏਗੀ ਬੱਚੇ ਕਦੇ ਪੁੱਛ ਲੈਂਦੀ ਹੈ ਵੇਵ ਲੈਂਥ ਕਿਹਦੀ ਜ਼ਿਆਦਾ ਹੋਏਗੀ ਕਦੇ ਪੁੱਛ ਲੈਂਦੇ ਆ ਕਨੈਟਿਕ એનર્ਜੀ ਕਿਹਦੀ ਜ਼ਿਆਦਾ ਹੋਏਗੀ ਸੋ ਇਦਾਂ ਦੇ ਕੁਐਸਚਨਸ ਪੰਜਾਬ ਬੋਰਡ ਦੇ ਵਿੱਚ ਰੀਸੈਂਟ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਸੋ ਨੈਕਸਟ ਕੁਐਸਚਨ ਬੱਚੇ ਇਦਾਂ ਦੇ ਕੁਐਸਚਨ ਸਾਡੇ ਸੈਂਪਲ ਪੇਪਰ ਦੇ ਅੰਦਰ ਵੀ ਆਏ ਆ ਐਨ ਇਲੈਕਟ੍ਰੋਨ ਐਂਡ ਅ ਅਲਫਾ ਪਾਰਟੀਕਲ ਹੈਵ ਦ ਸੇਮ ਡੀਬ੍ਰੋਗਲੀ ਵੇਵ ਲੈਂਥ ਦੋਨਾਂ ਦੀ ਡੀਬ੍ਰੋਗਲੀ ਵੇਵ ਲੈਂਥ ਸੇਮ ਆ ਹਾਊ ਆਰ देयर ਕਾਈਨੈਟਿਕ એનર્ਜੀ ਰਿਲੇਟਡ ਟੂ ਈਚ ਅਦਰ ਇੱਕ ਦੂਸਰੇ ਦੇ ਨਾਲ ਕਾਈਨੈਟਿਕ એનર્ਜੀ ਅਗਰ ਅਸੀਂ ਰਿਲੇਟ ਕਰਨੀ ਹੋਵੇ ਤਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਸੋ ਬੱਚੇ 1 ਮਾਰਕਸ ਦੇ ਲਈ ਇਦਾਂ ਦੇ ਕੁਐਸਚਨ ਤੁਸੀਂ ਪ੍ਰੀਪੇਅਰ ਕਰਕੇ ਜਾਣੇ ਆ ਇਹ ਨੂਮੈਰੀਕਲਸ ਨਹੀਂ ਆ ਅਗਰ ਤੁਸੀਂ ਕਹੋ ਕਿ ਆ ਨੂਮੈਰੀਕਲਸ ਆ ਬੱਚੇ ਇਹ ਨੂਮੈਰੀਕਲਸ ਨਹੀਂ ਆ ਇਹ ਆਰਟੀਕਲਸ ਹੈ ਠੀਕ ਹੈ ਆਰਟੀਕਲ ਦੇ ਨਾਲ ਤੁਸੀਂ ਰਿਲੇਸ਼ਨ ਦੇ थ्रू ਜਿਹੜਾ ਰੀਜ਼ਨ ਦੱਸ ਰਹੇ ਆ ਕਿ ਕੌਣ ਕਿਹਦੀ ਵੈਲਿਊ ਜ਼ਿਆਦਾ ਆ ਐਨ ਇਲੈਕਟ੍ਰੋਨ ਐਂਡ ਅਲਫਾ ਪਾਰਟੀਕਲ ਹੈਵ ਦ ਸੇਮ ਕਾਈਨੇਟਿਕ એનર્ਜੀ ਅਗਰ ਕਾਈਨੇਟਿਕ એનર્ਜੀ ਸੇਮ ਹੋਏਗੀ ਹਾਊ ਦ ਡੀ ਬਰੋਗਲੀ ਵੇਵ ਲੈਂਥ ਐਸੋਸੀਏਟਡ ਵਿਦ ਥੈਮ ਰਿਲੇਟਡ ਸੋ ਲੈਂਡਾ ਕਿਤੇ ਇਕੁਲ ਹੁੰਦਾ ਐਚ ਡਿਵਾਈਡਿਡ ਬਾਈ ਐਮ ਵੀ ਸੋ ਐਮ ਵੀ ਬੱਚੇ ਕਿਤੇ ਇਕੁਲ ਹੁੰਦਾ ਅੰਡਰ ਰੂਟ 2 ਐਮ ਈ ਦੇ ਸੋ ਲੈਂਡਾ ਜਿਹੜਾ ਇਨਵਰਸਲੀ ਪ੍ਰੋਪੋਰਸ਼ਨਲ ਕਿਹਦੇ ਆ ਐਮ ਦੇ ਸੋ ਅਸੀਂ ਵੇਵਲੈਂਥ ਬੱਚੇ ਜੇ ਦੀ ਜ਼ਿਆਦਾ ਹੋਏਗੀ ਇਲੈਕਟ੍ਰੋਨ ਦੀ ਵੇਵਲੈਂਥ ਜ਼ਿਆਦਾ ਹੈ ਮਤਲਬ ਕਿ ਮਾਸ ਆਫ ਅਲਫਾ ਪਾਰਟੀਕਲ ਜ਼ਿਆਦਾ ਹੋਏਗਾ ਇਦਾਂ ਕਰਕੇ ਬੱਚੇ ਇਦਾਂ ਦੇ ਕੁਐਸਚਨ ਜਿਹੜੇ ਅਸੀਂ ਰੀਜ਼ਨਿੰਗ ਵਾਲੇ ਕੁਐਸਚਨਸ ਨੂੰ ਸੋਲਵ ਕਰ ਸਕਦੇ ਆ ਸੋ ਇਹ ਸਾਰੇ ਕੁਐਸਚਨ ਬੱਚੇ ਇਸ ਤਰੀਕੇ ਦੇ ਹੀ ਆ ਤੁਸੀਂ ਸਾਰੇ ਕੁਐਸਚਨ ਬਹੁਤ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਨੇ ਔਰ ਇਹ ਮੋਸਟ 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 ਇੰਪੋਰਟੈਂਟ ਕੁਐਸਚਨ ਆ ਅੱਜ ਤੋ 3-4 ਸਾਲ ਪਹਿਲਾਂ ਬੱਚੇ ਇਹ CBSE ਦੇ ਕੁਐਸਚਨਸ ਕਾਊਂਟ ਕੀਤੇ ਜਾਂਦੇ ਸੀ ਬਟ ਰੀਸੈਂਟ ਟਾਈਮ ਦੇ ਵਿੱਚ ਬੱਚੇ ਇਹ ਕੁਐਸਚਨ ਜਿਹੜੇ ਆ ਪੰਜਾਬ ਬੋਰਡ ਦੇ ਵਿੱਚ ਮੋਸਟ ਇੰਪੋਰਟੈਂਟ ਆ ਸੋ ਤੁਸੀਂ ਕੋਈ ਵੀ ਕੁਐਸਚਨ ਬੱਚੇ ਇਸ ਤਰੀਕੇ ਦਾ ਜਿਹੜਾ ਆ ਸਕਿਪ ਕਰਕੇ ਨਹੀਂ ਜਾਣਾ ਸੋ ਬੱਚੇ ਇਹ ਸੀ ਤੁਹਾਡੇ ਕੁਐਸਚਨਸ ਦਿਨੇਸ਼ ਦੀ ਬੁੱਕ ਤੋਂ ਹੁਣ ਆਪਾਂ ਕਰਾਂਗੇ ਐਕੂਰੇਟ ਦੀ ਬੁੱਕ ਦੇ ਵਿੱਚੋਂ ਸੋ ਬੱਚੇ ਅਗਰ ਤੁਹਾਨੂੰ ਦਿਨੇਸ਼ ਦੀ ਬੁੱਕ ਦੇ ਵਿੱਚੋਂ ਇਸ ਤਰ੍ਹਾਂ ਲੱਗ ਰਿਹਾ ਕਿ ਕੁਐਸਚਨ ਜ਼ਿਆਦਾ ਆ ਬੱਚੇ ਐਕੂਰੇਟ ਦਾ ਕੋਈ ਵੀ ਕੁਐਸਚਨ ਤੁਸੀਂ ਸਕਿਪ ਕਰਕੇ ਨਹੀਂ ਜਾਣਾ ਬਿਕੋਜ਼ ਐਕੂਰੇਟ ਬੱਚੇ ਪਾਰਟिकुलर ਪੰਜਾਬ ਬੋਰਡ ਦੀ ਬੁੱਕ ਆ ਔਰ ਤੁਹਾਨੂੰ ਹਰ ਇੱਕ ਮੋਸਟ ਇੰਪੋਰਟੈਂਟ ਯਾ ਐਕਸਪੈਕਟਿਡ ਕੁਐਸਚਨ ਤੁਹਾਨੂੰ ਐਕੂਰੇਟ ਦੇ ਵਿੱਚ ਮਿਲ ਜਾਏਗਾ ਡਿਫਾਈਨ ਥ੍ਰੈਸ਼ਹੋਲਡ ਵੇਵ ਲੈਂਥ ਵਰਕ ਫੰਕਸ਼ਨ ਫੋਟੋ ਇਲੈਕਟ੍ਰਿਕ ਇਫੈਕਟ ਸਟਾਪਿੰਗ ਪੋਟੈਂਸ਼ੀਅਲ ਥ੍ਰੈਸ਼ਹੋਲਡ ਫ੍ਰੀਕੁਐਂਸੀ ਸੋ ਬੱਚੇ ਜਿਹੜਾ ਮੈਂ ਇਕੱਲਾ ਇਕੱਲਾ ਕੁਐਸਚਨ ਤੁਹਾਨੂੰ ਦੱਸਿਆ ਸੀ ਉਹ ਸਾਰੇ ਕੁਐਸਚਨ ਇਹਦੇ ਜਿਦਾਂ ਇਹ ਕੁਐਸਚਨ ਆ ਇਫ ਇੰਟੈਂਸਿਟੀ ਆਫ ਇਨਸੀਡੈਂਟ ਰੈਡੀਏਸ਼ਨ ਇਜ਼ ਡਬਲ ਅਗਰ ਇਨਸੀਡੈਂਟ ਰੈਡੀਏਸ਼ਨ ਅਸੀਂ ਡਬਲ ਕਰ ਦਈਏ ਵਾਟ ਹੈਪਨ ਟੂ ਦਾ ਕਾਈਨੇਟਿਕ એનર્ਜੀ ਆਫ ਫੋਟੋ ਇਲੈਕਟ੍ਰੋਨ ਸੋ ਥਿਸ ਇਜ਼ ਆਲਸੋ ਮੋਸਟ ਇੰਪੋਰਟੈਂਟ ਬਟ ਇਹ ਰੀਸੈਂਟਲੀ ਤੁਹਾਨੂੰ ਮਾਡਲ ਟੈਸਟ ਪੇਪਰ ਦੇ ਅੰਦਰ ਵੀ ਇਹ ਕੁਐਸਚਨ ਮਿਲ ਜੇਗਾ ਠੀਕ ਹੈ ਜੀ ਸੋ ਨੈਕਸਟ ਆ ਜਾਓ ਕਵੈਸਚਨ ਬੱਚੇ ਹੁਣ ਜਿਹਦਾ 10th ਕਵੈਸਚਨ ਆ ਵਿਚ ਫੋਟੋਨ ਇਦਾ ਮੋਰ એનਰਜੈਟਿਕ ਰੈਡ ਦੌਰ ਵਾਇਲਟ ਸੋ ਬੱਚੇ ਦਿਨੇਸ਼ ਦੀ ਬੁੱਕ ਤੋਂ ਮੈਂ ਐਕਸਪਲੇਨ ਕਰ ਚੁੱਕੀ ਆ ਇਦਾਂ ਦੇ ਕਵੈਸਚਨਸ ਸੋ ਇਹ ਬੱਚੇ ਕਵੈਸਚਨ ਇਦਾਂ ਦੇ ਕਵੈਸਚਨ ਮੋਸਟ 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 ਇੰਪੋਰਟੈਂਟ ਕਵੈਸਚਨਸ ਹੈ ਸੋ ਬੱਚੇ ਇਹ ਹਰ ਕਵੈਸਚਨ ਤੁਸੀਂ ਬਹੁਤ ਡੀਪਲੀ ਔਰ ਕੇਅਰਫੁਲੀ ਪੜ ਕੇ ਜਾਣਿਆ ਬੱਚੇ ਕੁਐਸਚਨ ਨੰਬਰ 23 ਇਜ਼ ਆਲਸੋ ਮੋਸਟ ਇੰਪੋਰਟੈਂਟ ਕਿ ਐਲਕਲੀ ਮੈਟਲ ਸਰਫੇਸ ਆਰ ਨਾਟ ਸੂਟੇਬਲ ਫਾਰ ਫੋਟੋ ਸੈਂਸਿਟਿਵ ਸਰਫੇਸ ਫੋਟੋ ਸੈਂਸਿਟਿਵ ਸਰਫੇਸ ਦੇ ਲਈ ਕਿਉਂ ਬੱਚੇ ਇਹ ਜਿਹੜਾ ਐਲਕਲੀ ਮੈਟਲ ਅਸੀਂ ਮੋਸਟ ਸੂਟੇਬਲ ਕਾਊਂਟ ਕਰਦੇ ਆ ਕਿਉਂਕਿ ਇਹਨਾਂ ਦਾ ਵਰਕ ਫੰਕਸ਼ਨ ਸਮਾਲ ਹੁੰਦਾ ਵਰਕ ਫੰਕਸ਼ਨ ਸਮਾਲ ਹੋਏਗਾ ਤਾਂ ਐਲਕਲੀ ਮੈਟਲ ਜਿਹੜੇ ਆ ਈਜ਼ੀਲੀ ਇਲੈਕਟ੍ਰੋਨ ਨੂੰ ਅਮਿਟ ਕਰ ਦੇਣਗੇ ਸੋ ਰੀਜ਼ਨਿੰਗ ਬੱਚੇ ਤਾਂ ਦੇ ਕੁਐਸਚਨ ਨੂੰ ਅਸੀਂ ਬੋਲ ਦਿੰਨੇ ਆ ਰੀਜ਼ਨਿੰਗ ਦੇ ਕੁਐਸਚਨਸ ਠੀਕ ਹੈ ਜੀ ਅਗਰ ਇਹਨਾਂ ਦੇ ਵਿੱਚੋਂ ਬੱਚੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਕੁਐਸ਼ਨਸ ਦਿਖ ਰਹੇ ਆ ਅਗਰ ਕੋਈ ਵੀ ਕੁਐਸ਼ਨ ਕਲੀਅਰ ਨਹੀਂ ਹੁੰਦਾ ਕੋਈ ਕੁਐਸ਼ਨ ਡਿਫਿਕਲਟ ਲੱਗਦਾ ਤਾਂ ਬੱਚੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਜਾਂ ਫਿਰ ਟੈਲੀਗ੍ਰam ਚੈਨਲ ਤੇ ਵੀ ਬੱਚੇ ਤੁਸੀਂ ਪੁੱਛ ਸਕਦੇ ਆ ਸੋ ਇਹਦੇ ਵਿੱਚ ਬੱਚੇ ਸਿਰਫ 37 ਕੁਐਸ਼ਨਸ ਆ ਸੋ ਹਰ ਕੁਐਸ਼ਨ ਬੱਚੇ ਤੁਸੀਂ ਬਹੁਤ ਕੇਅਰਫੁਲੀ ਪ੍ਰਪੇਅਰ ਕਰਨੇ ਆ ਦਿਨੇਸ਼ਤੀ ਬੁੱਕ ਦੇ ਵਿੱਚ ਬੱਚੇ ਹਾਰਡਲੀ 47 uh, 50 ਕੁਐਸ਼ਨ ਸੀ 37 ਇਸ ਤੋ ਬਹੁਤ ਸਾਰੇ ਕੁਐਸਚਨ ਤਾਂ ਬੱਚੇ ਰਿਪੀਟ ਹੀ ਹੋ ਰਿਹਾ ਸਟਾਰਟਿੰਗ ਦੇ ਵਿੱਚ ਜੋ ਕੁਐਸਚਨਸ ਹੈ ਉਹ ਸਾਡੇ ਕੁਐਸਚਨਸ ਰਿਪੀਟ ਹੀ ਹੋ ਰਿਹਾ ਸੋ ਕੱਲੇ ਕੁਐਸਚਨਸ ਕਾਊਂਟ ਨਾ ਕਰੋ ਤੁਹਾਡੇ ਕੁਐਸਚਨਸ ਬੱਚੇ ਆਲਮੋਸਟ ਰਿਪੀਟ ਹੀ ਹੋ ਰਿਹਾ ਬੱਚੇ ਨੈਕਸਟ ਆ ਜਾਓ ਸਾਡਾ ਗੈਸ ਪੇਪਰ ਆ ਏਪੀ ਗੁਰੂਜੀ ਗੈਸ ਪੇਪਰ ਸੋ ਬੱਚੇ ਇਹਦੇ ਵਿੱਚ ਜਿੰਨੇ ਵੀ ਮੋਸਟ ਇੰਪੋਰਟੈਂਟ ਯਾ ਐਕਸਪੈਕਟਿਡ ਕੁਐਸ਼ਨਸ ਹੈ ਤੁਹਾਨੂੰ ਉਹ ਮਿਲ ਜਾਣਗੇ ਸੋ ਰਿਪੀਟਡ ਕੁਐਸ਼ਨਸ ਹੀ ਆ ਅਗਰ ਤੁਸੀਂ ਦਿਨੇਸ਼ ਔਰ ਐਕਿਊਰੇਟ ਬੱਚੇ ਅੱਛੇ ਤਰੀਕੇ ਨਾਲ ਪੜ੍ਹ ਲਈ ਤਾਂ ਤੁਹਾਡੀ ਰਿਵੀਜ਼ਨ ਬਹੁਤ ਅੱਛੇ ਤਰੀਕੇ ਨਾਲ ਹੋ ਜਾਏਗੀ ਅਗਰ ਤੁਸੀਂ ਉਹ ਦੋ ਅੱਛੇ ਤਰੀਕੇ ਨਾਲ ਪੜ੍ਹ ਲਈ ਥਰਡ ਬੁੱਕ ਆ ਰਿਪੀਟਡ ਕੁਐਸ਼ਨਸ ਹੀ ਆ ਆਪਾਂ ਦੇਖ ਲੈਨੇ ਆ ਵਾਟ ਆਰ ਫੋਟੋਇਲੈਕਟ੍ਰਿਕ ਬੱਚੇ ਰਿਪੀਟ ਹੋ ਰਿਹਾ ਫੋਟੋਇਲੈਕਟ੍ਰਿਕ ਇਫੈਕਟ ਥ੍ਰੈਸ਼ਹੋਲਡ ਵੇਵ ਲੈਂਥ ਦੈਨ ਫੋਟੋਇਲੈਕਟ੍ਰਿਕ ਇਫੈਕਟ ਥ੍ਰੈਸ਼ਹੋਲਡ ਫ੍ਰੀਕੁਐਂ एनर्जी अगर डबल है की होएगा uh, बच्चे दी बुक रेस्ट मास ऑफ फोटो विच इज ऑलसो रिपीटेड क्वेश्चन वट इज द स्टोपिंग पोटेंशियल इफ द मैक्म कनेडिक एनर्जी ऑफ द इलेक्ट्रॉन अमिट ऑफ फोटो सैल इज फाइव इलेक्ट्रॉन वोल्ट ਕਹਿੰਦੇ ਕੀ ਵਟ ਇਜ਼ ਦ ਸਟੋਪਿੰਗ ਪੋਟੈਂਸ਼ੀਅਲ ਸਟੋਪਿੰਗ ਪੋਟੈਂਸ਼ੀਅਲ ਕਿੰਨਾ ਹੋਏਗਾ ਬੱਚੇ ਜਿੰਨੇ ਦਾ ਤੁਹਾਡੀ ਮੈਟਲ ਸਰਫੇਸ ਦੀ ਖੁਦ ਦੀ એનર્ਜੀ ਹੋਏਗੀ ਉਨੀ ਹੀ ਉਹਦੀ ਸਟੋਪਿੰਗ ਪੋਟੈਂਸ਼ੀਅਲ ਹੋਏਗੀ ਦ ਸਟੋਪਿੰਗ ਪੋਟੈਂਸ਼ੀਅਲ ਫॉर द ਇਲੈਕਟ੍ਰੋਨ ਹੈਵਿੰਗ ਮੈਕਸਿਮਮ ਕਾਈਨੈਟਿਕ એનર્ਜੀ ਕਿੰਨੀ ਹੋਏਗੀ 5 ਇਲੈਕਟ੍ਰੋਨ ਵੋਲਟ ਜਾਂ ਫਿਰ 5 ਵੋਲਟ ਸੋ ਇਦਾਂ ਦੇ ਕੁਐਸਚਨ ਬੱਚੇ ਦੇਖੋ ਇਹ ਨਾ ਤੁਹਾਨੂੰ ਐਕੂਰੇਟ ਚ ਮਿਲੇਗਾ ਨਾ ਦਿਨੇਸ਼ ਚੋਸ ਸੋ ਇਦਾਂ ਦੇ ਕੁਐਸਚਨ ਜਿਹੜੇ ਆ ਤੁਸੀਂ ਸਾਰੇ ਦੇ ਸਾਰੇ ਪੜ ਕੇ ਜਾਣੇ ਆ ਕਲੀਅਰ ਹੋ ਗਿਆ ਜੀ ਸੋ ਇਹਦੇ ਵਿੱਚ ਬੱਚੇ 23 ਕੁਐਸਚਨਸ ਹੀ ਆ ਸੋ 23 ਕੁਐਸਚਨਸ ਦੇ ਵਿੱਚੋਂ ਬਹੁਤ ਸਾਰੇ ਕੁਐਸਚਨਸ ਆਪਣੇ ਰਿਪੀਟ ਹੀ ਹੋ ਰਹੇ ਆ ਸੋ ਬੱਚੇ ਅچھے ਤਰੀਕੇ ਨਾਲ ਜਿਹੜੇ ਕੁਐਸਚਨਸ ਪੜ੍ਹ ਕੇ ਜਾਣੇ ਆ ਜਿੱਦਾਂ ਬੱਚੇ ਗੁਰੂ ਜੀ ਗੈਸ ਪੇਪਰ 'ਚ ਸਿਰਫ ਇੱਕ ਕੁਐਸਚਨ ਇਦਾਂ ਦਾ ਆਇਆ ਹੋਇਆ ਐਨ ਇਲੈਕਟ੍ਰੋਨ ਐਂਡ ਐਲਫਾ ਪਾਰਟੀਕਲ ਐਂਡ ਪ੍ਰੋਟੋਨ ਹੈਜ਼ ਅ ਸੇਮ ਕਾਈਨੇਟਿਕ એનર્ਜੀ ਵਿਚ ਵਨ of these particle have the largest de broglie wavelength so بچے ਇਦਾਂ ਦੇ ਕੁਐਸਚਨ ਤੁਹਾਨੂੰ ਦਿਨੇਸ਼ ਜਾਂ ਫਿਰ ਐਕਿਊਰੇਟ ਦੇ ਵਿੱਚ ਕਾਫੀ ਹੱਦ ਤੱਕ ਮਿਲ ਜਾਣਗੇ ਸੋ ਇਦਾਂ ਦੇ ਕੁਐਸਚਨ ਬੱਚੇ ਮੋਸਟ ਇੰਪੋਰਟੈਂਟ ਆ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕਰਕੇ ਜਾਣਿਆ ਨੈਕਸਟ ਬੱਚੇ 2 ਮਾਰਕਸ ਦੇ ਕੁਐਸਚਨਸ ਹੈ ਸੋ 2 ਮਾਰਕਸ ਦੇ ਕੁਐਸਚਨ ਬੱਚੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਸ ਤੋਂ ਬਾਅਦ ਬੱਚੇ ਤੁਹਾਨੂੰ ਸਕਰੀਨ ਦੇ ਉੱਪਰ ਕੁਝ ਕੁਐਸਚਨਸ ਦਿਖਣਗੇ ਜੋ ਕਿ ਤੁਹਾਡਾ ਟੈਸਟ ਹੋਏਗਾ ਬਹੁਤ ਸਾਰੇ ਸਟੂਡੈਂਟ ਕਹਿ ਰਿਹਾ ਮੈਮ ਸਾਡਾ ਟੈਸਟ ਲੈ ਲਿਆ ਕਰੋ ਸੋ ਬੱਚੇ ਉਹ ਤੁਹਾਡਾ ਟੈਸਟ ਹੋਏਗਾ ਟੈਸਟ ਨੂੰ ਤੁਸੀਂ ਬਿਲਕੁਲ ਓਨੈਸਟਲੀ ਕਰਨਾ ਔਰ ਜਿੰਨੇ ਟਾਈਮ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਉਹਨੇ ਟਾਈਮ ਦੇ ਵਿੱਚ ਆਪਣਾ ਟੈਸਟ ਜਿਹੜਾ ਆ ਕਵਰ ਕਰਨ ਦੀ ਕੋਸ਼ਿਸ਼ ਕਰੋ ਸੋ ਬੱਚੇ ਰਿਕੁਐਸਟ ਹੈ ਕਿ ਟੈਸਟ ਕਰਨ ਤੋਂ ਪਹਿਲਾਂ ਵੀਡੀਓ ਪਾਜ਼ ਕਰਕੇ ਜਾਂ ਵੀਡੀਓ ਨੂੰ ਬੰਦ ਕਰਕੇ ਬੱਚੇ ਸਾਰੇ ਦੇ ਸਾਰੇ ਜਿੰਨੇ ਵੀ ਕੁਐਸਚਨਸ ਹੈ ਅੱਛੇ ਤਰੀਕੇ ਨਾਲ ਲਰਨ ਕਰ ਲਓ ਰਿਵਾਈਜ਼ ਕਰ ਲਓ ਥੈਨ ਜਿਹੜਾ ਆ ਤੁਸੀਂ ਇਹ ਟੈਸਟ ਜਿਹੜਾ ਸਟਾਰਟ ਕਰਨਾ ਸੋ ਬੱਚੇ 12th ਕਲਾਸ ਦਾ ਫਿਜ਼ਿਕਸ ਦਾ ਟੈਸਟ ਹੈ ਟੋਟਲ 6 ਮਾਰਕਸ ਦਾ ਬੱਚੇ ਟੈਸਟ ਹੋਏਗਾ ਇਹਦੇ ਆਨਸਰਸ ਬੱਚੇ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਜਾਣਗੇ ਸੋ ਅੱਜ ਵੀਡੀਓ ਅਪਲੋਡ ਹੋਏਗੀ ਸੋ ਕੱਲ ਤੱਕ ਬੱਚੇ ਤੁਹਾਨੂੰ ਇਹਦੇ ਆਨਸਰ ਜਿਹੜੇ ਆ ਪ੍ਰੋਵਾਈਡ ਕਰ ਦਿੱਤੇ ਜਾਣਗੇ ਦੇਖ ਲੈਣਾ ਬੱਚੇ ਆਪਣੀ ਵਾਚ ਤੇ ਟਾਈਮਿੰਗ ਸੈੱਟ ਕਰ ਲੈਣਾ 15 ਮਿੰਟ ਦੇ ਅੰਦਰ ਬੱਚੇ 6 ਕੁਐਸਚਨਸ ਹਰ ਹਾਲਤ ਵਿੱਚ ਕੰਪਲੀਟ ਹੋ ਜਾਣੇ ਚਾਹੀਦੇ ਆ ਟਰਾਈ ਕਰੋ ਕਿ 10 ਜਾਂ 12 ਮਿੰਟ ਦੇ ਵਿੱਚ ਵਿੱਚ ਤੁਹਾਡੇ ਕੁਐਸਚਨ ਕੰਪਲੀਟ ਹੋਣ ਬਟ 15 ਮਿੰਟ ਤਾ ਮਤਲਬ ਫੁੱਲ ਫਲੈਸ਼ ਹੈ ਇਸ ਤੋਂ ਜ਼ਿਆਦਾ ਬੱਚੇ ਤੁਹਾਡੇ 6 ਕੁਐਸਚਨਸ ਤੇ ਟਾਈਮ ਨਹੀਂ ਲੱਗਣਾ ਚਾਹੀਦਾ ਸੋ ਮੋਸਟ ਇੰਪੋਰਟੈਂਟ ਕੁਐਸਚਨਸ ਹੈ ਸੋ ਕੁਐਸ਼ਨਸ ਨੂੰ ਬੱਚੇ ਬਿਲਕੁਲ ਇਮਾਨਦਾਰੀ ਦੇ ਨਾਲ ਕਰਨਾ ਜੋ ਕੁਐਸ਼ਨ ਨਹੀਂ ਆਂਦਾ ਉਹਨੂੰ ਸਕਿਪ ਕਰ ਦੋ ਔਰ ਬਾਅਦ ਵਿੱਚ ਆਫਟਰ ਟੈਸਟ ਬੱਚੇ ਉਹਨੂੰ ਅੱਛੇ ਤਰੀਕੇ ਨਾਲ ਲਰਨ ਕਰ ਲਓ ਸੋ ਆਲ ਦਾ ਬੈਸਟ ਫਾਰ ਦਾ ਐਗਜ਼ਾਮ ਆਲ ਦਾ ਬੈਸਟ ਫਾਰ ਦਾ ਟੈਸਟ ਸੋ ਬੱਚੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦੋ ਮੈਕਸਿਮਮ ਸ਼ੇਅਰ ਕਰ ਦੋ ਸੋ ਬੱਚੇ ਨਾਲ ਦੀ ਨਾਲ ਤੁਹਾਡੀ ਰਿਵੀਜ਼ਨ ਹੋ ਰਹੀ ਆ ਨਾਲ ਦੀ ਨਾਲ ਤੁਹਾਨੂੰ ਟੈਸਟ ਪ੍ਰੋਵਾਈਡ ਕੀਤੇ ਜਾ ਰਿਹਾ ਤਾਂ ਜੋ ਤੁਹਾਡੀ ਬੱਚੇ ਫਾਈਨਲ ਦੇ ਲਈ ਤਿਆਰੀ ਬਹੁਤ ਅੱਛੇ ਤਰੀਕੇ ਨਾਲ ਹੋ ਜਵੇ ਥੈਂਕ ਯੂ ਸੋ ਮੱਚ